ਕਿੱਦਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਅੱਜ ਤਾਂ ਜੇਬ ਤੋਂ ਅਸਤੀਫਾ ਪਾਈ ਫਿਰਦੇ ਕਹਿੰਦੇ ਮੈਂ ਤਾਂ ਅਸਤੀਫਾ ਦੇਣ ਨੂੰ ਤਿਆਰ ਆ ਮੇਰੇ ਬਹੁਤ ਸਾਰੇ ਸਿਆਸੀ મતਭੇਦ ਨੇ ਕਾਂਗਰਸ ਨਾਲ ਬਹੁਤ ਸਾਰੇ ਸਿਆਸੀ મતਭੇਦ ਨੇ ਅਕਾਲੀਆਂ ਨਾਲ ਬਹੁਤ ਸਾਰੇ ਸਿਆਸੀ મતਭੇਦ ਨੇ ਮੇਰੇ ਆਮ ਆਦੀ ਪਾਰਟੀ ਨਾਲ ਵੀ ਕਿਤੇ ਇਹ ਨਾ ਹੋਵੇ ਕਿ ਸਰਕਾਰ ਨੂੰ ਅਗਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ 'ਚ ਰਾਸ਼ਟ੍ਰਪਤੀ ਰਾਜ ਵਿਲਾਛਤ ਕੋਈ ਇਹੋ ਜਿਹੀ ਨੀਤੀ ਕੇਂਦਰ ਵੱਲੋਂ ਕੋਈ ਘੜੀ ਜਾ ਰਹੀ ਹੈ ਬਾਬੇ ਨਾਨਕ ਤੋਂ ਲੈ ਕੇ ਪਾਪ ਦੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਰਾਜੇ ਸ਼ੀਮ ਮਕਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ ਕਿ ਨਵਜੋਤ ਸਿੰਘ ਸਿੱਧੂ ਵੀ ਬੜੀ ਚਰਚਾ ਵਿੱਚ ਨੇ ਸਿੱਧੂ ਸਾਹਿਬ ਨੇ ਆਪਣੀ ਇੱਕ ਵੀਡੀਓ ਨਸ਼ਰ ਕੀਤੀ ਤੁਸੀਂ ਸੁਣੀ ਹੋਣੀ ਕਿਸਾਨੀ ਸਮੱਸਿਆ ਤੇ ਹੱਲ ਦੀ ਵੀ ਗੱਲ ਕੀਤੀ ਜਿਹੜੇ ਹੱਲ ਉਹ ਦੱਸਦੇ ਨੇ ਤੁਸੀਂ ਉਹਨਾਂ ਨਾਲ ਕੀ ਵਕਫੀਅਤ ਰੱਖਦੇ ਹੋ ਕਿ ਉਹ ਹੱਲ ਸਹੀ ਨੇ ਜਾਂ ਉਹਦੇ ਨਾਲ ਕਿਸਾਨਾਂ ਦਾ ਭਲਾ ਹੋ ਸਕਦਾ ਅਕਾਲੀ ਦਲ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਵਧੀਆ ਕਦਮ ਚੁੱਕਿਆ ਮੈਂ ਉਹਨਾਂ ਦੀ ਇਸ ਕਦਮ ਦੀ ਹਮਾਇਤ ਕਰਦਾ ਔਰ ਅਕਾਲੀ ਦਲ ਨੂੰ ਐਕਸੋਨੋਰੇਟ ਕਰਦਾ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਤੇ ਵੀ ਹੁਣ ਦਿੱਲੀ ਚ ਦਬਾਅ ਵਧਦਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਕੇਜਰੀਵਾਲ ਸਾਹਿਬ ਨੂੰ ਕਹਿ ਰਹੇ ਨੇ ਕਿ ਦਿੱਲੀ ਚ ਵੀ ਇਹ ਬਿੱਲ ਜਿਹੜਾ ਉਹ ਇਹਦੇ ਖਿਲਾਫ ਪਾਸ ਕੀਤਾ ਜਾਵੇ ਜੀਪੀਸੀ ਜਾਂ ਅਕਾਲ ਜਥੇਦਾਰ ਸਾਹਿਬ ਕੱਲ ਤੱਕ ਦੇ ਉਹਨਾਂ ਨੇ ਇੱਕ ਜੇਬੀ ਜਥੇਮੰਦੀ ਬਣਾ ਮੰਗ ਬਣਾਉਣ ਤਾਂ ਗਏ ਉਹ ਜਿਹੜੇ ਸਿਨਸ ਹੈਗੇ ਉਹ ਜਿਹੜੇ ਪਾਪ ਹੈ ਪੰਜਾਬ ਦੇ ਖਿਲਾਫ ਉਹ ਕਾਲੀ ਦਲ ਦੇ ਤੋਤੇ ਜਾਣੇ ਬੜੇ ਮੁਸ਼ਕਲ ਹੈਗੇ ਆ ਜਿਹੜੀ ਕੈਪਟਨ ਸਰਕਾਰ ਨੇ ਅੱਜ ਤਿੰਨ ਬਿੱਲ ਹੋਰ ਲਿਆਂਦੇ ਨੇ ਇਹਦੇ ਨਾਲ ਇੱਕ ਤਾਂ ਐਮਐਸਪੀ ਨੂੰ ਲੈ ਕੇ ਕਿ ਘੱਟੋ ਘੱਟ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਰੱਖੀ ਜਾਏਗੀ ਉਹਨਾਂ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ ਪਾਕਿਸਤਾਨ ਨਾਲ ਸੰਬੰਧ ਹੈਗੇ ਆ ਜਿਸ ਤਰ੍ਹਾਂ ਮਤਲਬ ਚੀਨ ਨਾਲ ਜੋ ਸੰਬੰਧ ਚੱਲਦੇ ਪਏ ਹੈਗੇ ਆ ਜੋ ਹਿੰਦੁਸਤਾਨ ਦਾ ਮਾਹੌਲ ਹੈਗਾ ਹੈ ਉਹ ਕੇਂਦਰ ਨੂੰ ਇਸ ਗਲਤੀ ਇਜਾਜ਼ਤ ਦੇਊਗਾ ਹੁਣ ਦੇ ਸੰਦਰਭ ਵਿੱਚ ਕਿੱਦਾਂ ਦੇਖਦੇ ਹੋ ਕਿ ਜਿਹੜਾ ਬਿੱਲ ਲਿਆਂਦਾ ਗਿਆ ਰਾਜਪਾਲ ਸਾਹਿਬ ਤੱਕ ਮੁਲਾਕਾਤ ਕੀਤੀ ਗਈ ਰਾਜਪਾਲ ਸਾਹਿਬ ਤੋਂ ਕੋਈ ਉਮੀਦ ਲੱਗਦੀ ਤੁਹਾਨੂੰ ਉਹ ਸਾਰੇ ਅਧਿਕਾਰ ਕੇਂਦਰ ਹੜੱਪ ਕਰਕੇ ਅੰਡਰ ਜੀਐਸਟੀ ਆਪਣੇ ਅਧੀਨ ਕਰ ਲੇ ਤੇ ਬਾਅਦ ਰਾਜਾ ਨੂੰ ਮੰਗਤੀ ਬਣਾ ਕੇ ਆਪਣੇ ਦਰਬਾਰ ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕੀ ਤੁਹਾਨੂੰ ਲੱਗਦਾ ਕੋਈ ਆਸ ਹੈ ਕਿ ਸੁਪਰੀਮ ਕੋਰਟ ਤੋਂ ਕੋਈ ਹੱਲ ਪੰਜਾਬ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਵੇ ਦੇਖੋ ਰਾਜਪਾਲ ਦੇ ਸਾਈਨ ਕਰਨ ਨਾ ਕਰਨ ਨਾਲ ਜਾਂ ਰਾਸ਼ਟਰਪਤੀ ਦੇ ਸਾਈਨ ਕਰਨ ਨਾ ਕਰਨ ਨਾਲ ਜਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਜਿਹੜਾ ਇੱਕ ਦੁਸਾਹਸ ਹੈਗਾ ਉਸ ਕਾਰਨ ਨਾਲ ਇੱਕ ਫਰਕ ਤਾਂ ਪਊਗਾ ਕੁਝ ਸਤਿ ਸ਼੍ਰੀ ਅਕਾਲ ਤੁਸੀਂ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਅੱਜ ਦੇਸ਼ ਭਰ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਪੰਜਾਬ ਨੇ ਇਤਿਹਾਸ ਸਿਰਜ ਦਿੱਤਾ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਮਤਾ ਲਿਆਂਦਾ ਗਿਆ ਉਸ ਬਿੱਲ ਦੇ ਉੱਤੇ ਜਿਹੜਾ ਸਰਬਸੰਮਤੀ ਦੇ ਨਾਲ ਬਿੱਲ ਨੂੰ ਪਾਸ ਕਰਕੇ ਰਾਜਪਾਲ ਤੱਕ ਪਹੁੰਚ ਕੀਤੀ ਗਈ ਹੈ ਅਗਲੇ ਸਮੇਂ ਦੇ ਵਿੱਚ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਕਿਸ ਤਰ੍ਹਾਂ ਜਾਏਗਾ ਕਿਸ ਤਰ੍ਹਾਂ ਕਿਸਾਨਾਂ ਨੂੰ ਫਾਇਦਾ ਹੋਏਗਾ ਜਾਂ ਫਿਰ ਇਸ ਬਿੱਲ ਨੂੰ ਜਿਹੜਾ ਉਹ ਰਾਜਪਾਲ ਪ੍ਰਵਾਨਗੀ ਨਹੀਂ ਦਿੰਦੇ ਤਾਂ ਅਗਲਾ ਕਦਮ ਕੀ ਹੋ ਸਕਦਾ ਕਾਨੂੰਨੀ ਦਾਅ ਪੇਚ ਕੀ ਨੇ ਰਾਸ਼ਟਰਪਤੀ ਸਭ ਤੱਕ ਮੁਲਾਕਾਤ ਨੇ ਉਹ ਸਭ ਦੇ ਉੱਤੇ ਅਸੀਂ ਵਿਸਥਾਰਤ ਗੱਲਬਾਤ ਕਰਾਂਗੇ ਤਾਂ ਕਿ ਤੁਹਾਨੂੰ ਸਾਫ਼ ਤੌਰ ਤੇ ਸਮਝ ਆ ਜਾਵੇ ਕਿ ਇਸ ਦੇ ਵਿੱਚ ਕੀ ਕੁਝ ਰੱਖਿਆ ਗਿਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਤਿੰਨ ਬਿੱਲ ਲੈ ਕੇ ਆਏ ਆ ਐਮਐਸਪੀ ਨੂੰ ਲੈ ਕੇ ਜਿਹੜਾ ਉਹ ਸਜ਼ਾ ਦਾ ਪ੍ਰਬੰਧਨ ਵੀ ਰੱਖਿਆ ਗਿਆ ਉਹ ਕੀ ਕੁਝ ਹੈ ਉਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਗੱਲ ਹੁੰਦੀ ਹੈ ਪੰਜਾਬ ਦੀ ਖੁਦਮੁਖਤਿਆਰੀ ਦੀ ਅੱਜ ਜਦੋਂ ਇਹ ਮੁੱਦੇ ਉੱਠਦੇ ਨੇ ਕਿ ਪੰਜਾਬ ਦੇ ਉੱਤੇ ਜਿਹੜਾ ਉਹ ਜਿਹੜਾ ਡਾਕਾ ਜਿਹੜਾ ਪੰਜਾਬ ਦੇ ਹੱਕਾਂ ਦੇ ਉੱਤੇ ਕਿਸਾਨਾਂ ਦੇ ਹੱਕਾਂ ਦੇ ਉੱਤੇ ਮਾਰਿਆ ਗਿਆ ਉਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕਰਨ ਬਹੁਤ ਧੰਨਵਾਦ ਜੀ ਲੋਕਰਨ ਚੈਨਲ ਦੇ ਸਾਰੇ ਜੋ ਦਰਸ਼ਕ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਡਾਕਟਰ ਸਭ ਕਿਦਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਅੱਜ ਤਾਂ ਜੇਬ ਤੋਂ ਅਸਤੀਫਾ ਪਾਈ ਫਿਰਦੇ ਕਹਿੰਦੇ ਮੈਂ ਤਾਂ ਅਸਤੀਫਾ ਦੇਣ ਨੂੰ ਤਿਆਰ ਆ ਬਿੱਲ ਲਿਆਂਦਾ ਕਿ ਉਹਨਾਂ ਬਿੱਲਾਂ ਨੂੰ ਕਿਦਾਂ ਦੇਖਦੇ ਹੋ ਕਿ ਕੀ ਕੁਝ ਅੱਗੇ ਕੀ ਰਣਨੀਤੀ ਕੀ ਉਹਨਾਂ ਦਾ ਭਵਿੱਖ ਹੋਏਗਾ ਕਿਸਾਨਾਂ ਨੂੰ ਕਿੱਥੋਂ ਤੱਕ ਫਾਇਦਾ ਹੋਣਾ ਦੇਖੋ ਜੋ ਕੇਂਦਰ ਦੇ ਕਿਸਾਨ ਵਿਰੋਧੀ ਬਿੱਲ ਸੀਗੇ కార్ਪੋਰੇਟ ਪੱਖੀ ਬਿੱਲ ਸੀਗੇ ਔਰ ਕਾਰਪੋਰੇਟਾਂ ਨੂੰ ਜਿੰਨੀ ਮਨਮਰਜ਼ੀ ਮੁਤਾਬਕ ਜ਼ਕੀਰੇਵਾਜੀ ਕਰਨ ਦੀ ਇਜਾਜ਼ਤ ਸੀਗੀ ਉਹਨਾਂ ਤਿੰਨਾਂ ਬਿੱਲਾਂ ਨੂੰ ਰੱਦ ਕਰਕੇ ਜੋ ਪੰਜਾਬ ਵਿੱਚ ਅੱਜ ਨਵੇਂ ਤਿੰਨ ਬਿੱਲ ਲਿਆਂਦੇ ਗਏ ਕਿਸਾਨ ਪੱਖੀ ਬਿੱਲ ਲਿਆਂਦੇ ਗਏ ਹੈਗੇ ਇਹਨਾਂ ਦੀ ਕੱਲੀ ਵਿਧਾਨਿਕ ਮੱਤਾ ਨਹੀਂ ਹੈਗੀ ਹੈ ਇਹਨਾਂ ਦੀ ਬੜੇ ਲੰਮੇ ਸਮੇਂ ਵਾਸਤੇ ਇਹਨਾਂ ਬਿੱਲ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਸਮੁੱਚੇ ਵਿਧਾਨਕਾਰਾਂ ਵੱਲੋਂ ਸਮੇਤ ਸਰਕਾਰ ਦੇ ਸਭ ਸੰਮਤੀ ਨਾਲ ਇਹਨਾਂ ਬਿੱਲਾਂ ਨੂੰ ਪਾਸ ਕਰਨਾ ਔਰ ਕੇਂਦਰ ਸਰਕਾਰ ਦੇ ਨਾਹਕੀ ਤੌਰ ਤੇ ਪੰਜਾਬ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੀ ਜਿਹੜੀ ਕੋਸ਼ਿਸ਼ ਹੈ ਜਿਨ੍ਹਾਂ ਬਾਰੇ ਕਦੀ ਅੱਜ ਤੱਕ ਇੰਨਾ ਮਤਲਬ ਪੰਜਾਬ ਦਾ ਨਾ ਕਿਸਾਨ ਵਰਗ ਤੇ ਨਾ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਆਵਾਜ਼ ਬੁਲੰਦ ਕੀਤੀ ਸੀਗੀ ਇੱਕ ਜਿਹੀ ਇੱਕ ਜਿਹੀ ਇੱਕ ਰੀਤ ਪਈ ਹੈਗੀ ਇੱਕ ਜਿਹਾ ਇੱਕ 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 ਗੱਲ ਬਣੀ ਹੈਗੀ ਜਿਸਤੇ ਤੇ ਪੰਜਾਬ ਰਾਜ ਵਾਸਤੇ ਵੱਧ ਅਧਿਕਾਰਾਂ ਦੀ ਪੰਜਾਬ ਦੇ ਖੁੱਸੇ ਅਧਿਕਾਰਾਂ ਦੀ ਪੰਜਾਬ ਦੀ ਖੁਦਮੁਖਤਿਆਰੀ ਦੀ ਪੰਜਾਬ ਦੇ ਨਾਲ ਨਾਲ ਦੇਸ਼ ਭਰ ਵਿੱਚ ਰਾਜਾਂ ਦੀ ਖੁਦਮੁਖਤਿਆਰੀ ਦੀ ਮੰਗ ਹੈਗੀ ਹੈ ਉਹਦਾ ਨਵਾਂ ਏਜੰਡਾ ਲਿਖਿਆ ਗਿਆ ਇਹਨਾਂ ਬਿੱਲਾਂ ਦੇ ਪਾਸ ਹੋਣ ਨਾਲ ਸੋ ਇਹਨਾਂ ਬਿੱਲਾਂ ਦੀ ਇੱਕ ਇਹ ਮੌਜੂਦਾ ਸੰਦਰਭ ਸਤ ਮਹੱਤਤਾ ਹੈਗੀ ਪੁਖੀ ਰਾਜਨੀਤੀ ਸੰਦਰਭ ਵਿੱਚ ਕਿ ਜਿਵੇਂ ਕਿ 47 ਤੋਂ ਬਾਅਦ ਜਦੋਂ ਦੇਸ਼ ਵਿੱਚ ਸੰਗੀ ਢਾਂਚਾ ਲਾਗੂ ਹੋਇਆ ਤਾਂ ਦੇਸ਼ ਦੇ ਜੋ ਸੰਵਿਧਾਨ ਕਾੜਾ ਕਾੜੇ ਸੀ ਉਹਨਾਂ ਨੇ ਸੋਚਿਆ ਸੀ ਕਿ ਹੌਲੀ-ਹੌਲੀ ਸੱਤਾ ਦਾ ਵਿਕੇਂਦਰੀਕਰਨ ਹੋਊਗਾ ਔਰ ਹੌਲੀ-ਹੌਲੀ ਰਾਜਾਂ ਨੂੰ ਅਧਿਕਾਰ ਉਹਨਾਂ ਨੂੰ ਮਿਲਣਗੇ ਔਰ ਰਾਜ ਕੀ ਸਾਰੀਆਂ ਜੋ ਵਿਲੱਖਣਤਾਵਾਂ ਨੇ ਮੁਲਕ ਦੀਆਂ ਜਿਨ੍ਹਾਂ ਨੂੰ ਮਿਲਾ ਕੇ ਇਹਨੂੰ ਭਾਰਤ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ ਸੀ ਉਹ ਵਿਲੱਖਣਤਾਵਾਂ ਚਾਹੇ ਧਾਰਮਿਕ ਸੀ ਚਾਹੇ ਇਲਾਕਾਈ ਸੀ ਚਾਹੇ ਕੌਮੀ ਸੀ ਚਾਹੇ ਸਬਿਆਚਾਰਕ ਸੀ ਚਾਹੇ ਨਸਲੀ ਸੀ ਕੋਈ ਵੀ ਵਿਲੱਖਣਤਾ ਸੀਗੀ ਚਾਹੇ ਪਛਾਈ ਸੀਗੀ ਉਹਨਾਂ ਸਾਰੀਆਂ ਵਿਲੱਖਣਤਾਵਾਂ ਨੂੰ ਬਦਨ ਫੁੱਲਣ ਵਾਸਤੇ ਪਖਲ ਪਲਰਣ ਪਸਣ ਵਾਸਤੇ ਖੁੱਲਾ ਅਸਮਾਨ ਬਰਾਬਰ ਦਾ ਮਿਲੂਗਾ ਉਹ ਸਾਡੇ ਸੰਵਿਧਾਨਕਾਰਾਂ ਨੇ ਸੋਚਿਆ ਸੀਗਾ ਪਰ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਰਾਜਵਿਲੇ ਕੌਮੀ ਇਕਤਾ ਦੇ ਨਾਤੇ ਤੇ ਭਾਜਪਾ ਦੇ ਰਾਜਵਿਲੇ ਹਿੰਦੂ ਰਾਸ਼ਟਰ ਦੇ ਨਾਤੇ ਜਿਸ ਤਰ੍ਹਾਂ ਜੋ ਜੋ ਭਾਰਦੀਆਂ ਪਵਨਤਾਵਾਂ ਸੀਗੀਆਂ ਜੋ ਵਖਰੇਵੇਂ ਸੀਗੇ ਜੋ ਇੱਕ ਅਲੱਗ-ਲੱਗ ਐਂਟੀਟੀ ਸੀਗੀਆਂ ਜਿਵੇਂ ਉਹਨਾਂ ਦਾ ਗਾਲਾ ਕੁੱਟਿਆ ਗਿਆ ਜਿਵੇਂ ਉਹਨਾਂ ਦੇ ਹੱਕ ਮਾਰੇ ਗਏ ਹੈਗੇ ਆ ਇਹਨਾਂ ਦੋਹਾਂ ਮਤਲਬ ਖਾਸ ਤੌਰ ਤੇ ਪਿਛਲੇ 5 ਸਾਲ ਸਾਲਾਂ ਵਿੱਚ ਚਾਹੇ ਕਸ਼ਮੀਰ ਧਾਰਾ 370 ਤੇ 35 ਖਤਮ ਕਰਨ ਦਾ ਮਾਮਲਾ ਹੋਵੇ ਚਾਹੇ ਸੀਏ ਐਨਪੀਆਰ ਤੇ ਐਨਆਰਸੀ ਲਿਆਉਣ ਦਾ ਮਾਮਲਾ ਹੋਵੇ ਚਾਹੇ ਹੁਣ ਪੰਜਾਬ ਵਿੱਚ ਆਪਾਂ ਦੇਖਿਆ ਹੀ ਹੈ ਚਾਹੇ ਯੂਏਪੀਏ unlawful activity prevention act ਉਹ ਬੜਾ ਘਾਤਕ ਕਾਨੂੰਨ ਹੈ ਜਿੱਦਾਂ ਕਿਸੇ ਬੰਦੇ ਨੂੰ ਲੰਬੇ ਸਮੇਂ ਵਾਸਤੇ ਜੇਲ੍ਹ 'ਚ ਬਿਨਾ ਕਿਸੇ ਦਲੀਲ ਅਪੀਲ ਤੇ ਵਕੀਲ ਤੋਂ ਰੱਖਿਆ ਜਾ ਸਕਦਾ ਹੈਗਾ ਉਹ ਲਿਆਂ ਦਾ ਮਾਮਲਾ ਹੋਵੇ ਚਾਹੇ ਹੋਰ ਰਾਜਾਂ ਦੇ ਹੱਕਾਂ ਦੇ ਛਾਪਾ ਜਿਹਦੇ 'ਚੋਂ ਸਭ ਤੋਂ ਵੱਡਾ ਛਾਪਾ ਜਿਹੜਾ ਹੈਗਾ ਉਹਦੇ ਰਾਜਾਂ ਦੇ ਟੈਕਸੇਸ਼ਨ ਦੇ ਅਧਿਕਾਰ ਸੀਗੇ ਰਾਜਾਂ ਦੇ ਆਪਣੀ ਜਨਤਾ ਦੀ ਭਲਾਈ ਵਾਸਤੇ ਜੋ ਲੋਕ ਭਲਾਈ ਦੇ ਕੰਮਾਂ ਵਾਸਤੇ ਠੰਡ ਇਕੱਠੇ ਕਰਨੇ ਸੀਗੇ ਉਹ ਸਾਰੇ ਅਧਿਕਾਰ ਕੇਂਦਰ ਨੇ ਹੜੱਪ ਕਰਕੇ ਅੰਡਰ ਜੀਐਸਟੀ ਆਪਣੇ ਅਧੀਨ ਕਰ ਲਏ ਤੇ ਬਾਅਦ ਰਾਜਾਂ ਨੂੰ ਮੰਗਤੇ ਬਣ ਕਿ ਆਪਣੇ ਦਰਬਾਰ ਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਗੁਰਵਨਾਕ ਡਾਕਟਰ ਸਾਹਿਬ ਜਿਹਾ ਪਾ ਦੇਖੀਏ ਕਿ ਕੇਂਦਰ ਨੇ ਲਗਾਤਾਰ ਜਿਹੜਾ ਉਹ ਪੰਜਾਬ ਨੂੰ ਜਿਹੜਾ ਮਤਰਈ ਮਾ ਜਿਹਨੂੰ ਹਰ ਵਾਰੀ ਇੱਕੋ ਹੀ ਜਿਹੜਾ ਪੰਜਾਬ ਦੀਆਂ ਸਿਆਸੀ ਤਰ੍ਹਾਂ ਕਹਿੰਦੀਆਂ ਆ ਕਿ ਮਤਰਈ ਮਾਲਾ ਸਲੂਕ ਕੀਤਾ ਹੁਣ ਦੇ ਸੰਦਰਭ ਵਿੱਚ ਕਿਦਾਂ ਦੇਖਦੇ ਹੋ ਕਿ ਜਿਹੜਾ ਬਿੱਲ ਆਂਦਾ ਗਿਆ ਰਾਜਪਾਲ ਸਾਹਿਬ ਤੱਕ ਮੁਲਾਕਾਤ ਕੀਤੀ ਗਈ ਰਾਜਪਾਲ ਸਾਹਿਬ ਤੋਂ ਕੋਈ ਉਮੀਦ ਲੱਗਦੀ ਤੁਹਾਨੂੰ ਹਾਲਾਂਕਿ ਖਬਰਾਂ ਬਹੁਤ ਚਰਚਾ ਵਿੱਚ ਨੇ ਦੇਖੋ ਮੈਂ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਸਿਆਸੀ ਦੇ ਆਈ ਜੁੜ ਗਿਆ ਉਦੀ ਉਦੀ ਸ਼ੁਰੂਆਤ ਹੋਈ ਹੈ ਉਹ ਸ਼ੁਰੂਆਤ ਹੋਈ ਹੈ ਪੰਜਾਬ ਦੇ ਅਧਿਕਾਰਾਂ ਦੀ ਖੁੱਸੇ ਹੋਏ ਅਧਿਕਾਰਾਂ ਦੀ ਤੇ ਨਵੇਂ ਅਧਿਕਾਰ ਲੈਣ ਦੀ ਸੰਗੀਤਾਚੇ ਅੰਦਰ ਔਰ ਪੰਜਾਬ ਦੀ ਖੁਦਮਖਤਿਆਰੀ ਦੀ ਅੱਜ ਜੋ ਪੰਜਾਬ ਚ ਆਮ رائے ਆਮਾ ਹੈਗੀ ਹੈ ਜੋ ਲਗ ਲਗ ਧਰਨੇ ਤੇ ਖਾਸ ਕਰਕੇ ਨੌਜਵਾਨਾਂ ਵੱਲੋਂ ਜੋ رائے ਪ੍ਰਗਟ ਕੀਤੀ ਜਾ ਰਹੀ ਹੈ ਕਿ ਭਾਰਤ ਨੂੰ ਜਿਸ ਤਰ੍ਹਾਂ ਭਾਰਤ ਨੇ ਪੰਜਾਬ ਨੂੰ ਪਹਿਲਾਂ ਇੱਕ ਹਰੇ ਇਨਕਲਾਬ ਰਾਹੀਂ ਫੇਰ ਹੋਰ ਵਕ ਵਕ ਟੰਗਾਂ ਨਾਈ ਪਾਣੀ 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 ਨਾਲ ਸਖਣਾ ਕਰਕੇ ਜਾਂ ਹੋਰ ਸਾਡੀ ਰਾਜਧਾਨੀ ਖੋ ਕੇ ਸਾਡੇ ਪਣਵਜਲੀ ਪ੍ਰੋਜੈਕਟ ਕੋ ਕੇ ਜਿਸ ਤਰ੍ਹਾਂ ਪੰਜਾਬ ਨੂੰ ਨਤਾਨਾ ਨਮਾਣਾ ਤੇ ਨਿਸਤਲ ਕੀਤਾ ਹੈਗਾ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈਗਾ ਤੇ ਪੰਜਾਬ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਔਰ ਪੰਜਾਬ ਦੇ ਸਿਰ ਮੁਰਕ ਕੇ ਕਲਗੀ ਸਜਾਣ ਲਈ ਅੱਜ ਪੰਜਾਬੀ ਕੌਮ ਬਤੌਰ ਕੌਮ ਕੱਲੀ ਹਿੰਦੂ ਸਿੱਖਾਂ ਦਾ ਸਵਾਲ ਨਹੀਂ ਹੈ ਸਾਰੇ ਪੰਜਾਬੀ ਸਾਰੇ ਕਿੱਤਿਆਂ ਨਾਲ ਸੰਬੰਧ ਰੱਖ ਸਾਰੇ ਧਰਮਾਂ ਨਾਲ ਸਾਰੇ ਜਾਤਾਂ ਨਾਲ ਸੰਬੰਧ ਰੱਖ ਵਾਲੇ ਪੰਜਾਬੀ ਅੱਜ ਇੱਕ ਮੁਸਤ ਇੱਕ ਜੁੱਟ ਹੋ ਕੇ ਖੜੇ ਹੈਗੇ ਆ ਕਿ ਅਸੀਂ ਪੰਜਾਬ ਨੂੰ ਆਪਣੇ ਨੂੰ ਇਸ ਤਰ੍ਹਾਂ ਦਿੱਲੀ ਦੇ ਹੱਥੋਂ ਮੁੜ ਕੇ ਨਾਸਤਾ ਨਬੂਦ ਨਹੀਂ ਹੋਣ ਦੇਣਾ ਖਤਮ ਨਹੀਂ ਹੋਣ ਦੇਣਾ ਕਿਸਾਨੀ ਜਿਹੜਾ ਕਿ ਪੰਜਾਬ ਦਾ ਤੋਰਾ ਹੈਗਾ ਹੈ ਐਗਰੀਕਲਚਰ ਜਿਹੜਾ ਕਿ ਪੰਜਾਬ ਦੀ ਆਤਮਾ ਹੈਗੀ ਹੈ ਅਸੀਂ ਇਸ ਆਤਮਾ ਨੂੰ ਮਰ ਨਹੀਂ ਦੇਣਾ ਹੈਗਾ ਔਰ ਇਹੀ ਕਾਰਨ ਹੈ ਕਿ ਕੈਪਟਨ ਮਨਿੰਦਰ ਸਿੰਘ ਹੁਰਾ ਨੇ ਇੱਕ ਜੁਰਤਮੰਦ ਫੈਸਲਾ ਲੈ ਕੇ ਮੈਂ ਮੇਰੇ ਬਹੁਤ ਸਾਰੇ ਸਿਆਸੀ ਮਤਭੇਦ ਨੇ ਕਾਂਗਰਸ ਨਾਲ ਬਹੁਤ ਸਾਰੇ ਸਿਆਸੀ ਮਤਭੇਦ ਨੇ ਅਕਾਲੀਆਂ ਨਾਲ ਬਹੁਤ ਸਾਰੇ ਸਿਆਸੀ ਮਤਭੇਦ ਨੇ ਮੇਰੇ ਆਮ ਆਦੀ ਪਾਰਟੀ ਨਾਲ ਵੀ ਪਰ ਅੱਜ ਜੋ ਇੱਕ ਮੁਠਤਾ ਕਿ ਕੈਪਟਨ ਵਿਨਦਰ ਸਿੰਘ ਉਹਨਾਂ ਦੀ ਜੁਰਤ ਤੇ ਨਾਲ ਲੜ ਕੇ ਬਾਕੀ ਪਾਰਟੀ ਨੂੰ ਦਿਖਾਈ ਹੈ ਮੈਂ ਸਮਝਦਾ ਪੰਜਾਬ ਦੇ ਸਾਰੇ ਵਿਧਾਨਕਾਰ ਤੇ ਪੰਜਾਬ ਦੀ ਸਰਕਾਰ ਪ੍ਰਸ਼ੰਸਾ ਤੇ ਵਧਾਈ ਦੋਨਾਂ ਦੀ ਪਾਤਰ ਹੈਗੀ ਆ ਔਰ ਉਹਨਾਂ ਇਹਨਾਂ ਦੇ ਇਸ ਕਦਮ ਨਾਲ ਰਾਜਾਂ ਦੀ ਖੁਦਮੁਖਤਿਆਰੀ ਵਾਸਤੇ ਰਾਜਾਂ ਦੇ ਅਧਿਕਾਰਾਂ ਵਾਸਤੇ ਔਰ ਕੇਂਦਰ ਦੇ ੱੱਕੇ ਦੇ ਖਿਲਾਫ ਜਿਹੜਾ ਵਿਕੇਂਦਰੀਕਰਨ ਦਾ ਅੰਮਲ ਹੈਗਾ ਉਹਦੇ ਵਾਸਤੇ ਇੱਕ ਬਹੁਤ ਸ਼ਾਨਦਾਰ ਇੱਕ ਸਿਆਸੀ ਜਿਹੜਾ ਅਧਿਆਏ ਹੈ ਉਹਦੀ ਸ਼ੁਰੂਆਤ ਹੋਈ ਹੈ ਜਿਹਨੂੰ ਅੱਗੇ ਲਿਜਾਣਾ ਸਾਡਾ ਸਾਰੇ ਪੰਜਾਬੀ ਦਾ ਫਰਜ ਹੈ ਇਹ ਲੱਗਦਾ ਹੈ ਕਿ ਰਾਜਪਾਲ ਇਹਦੇ ਤੇ ਸਾਈਨ ਕਰ ਦੇਣਗੇ ਦੇਖੋ ਰਾਜਪਾਲ ਦੇ ਸਾਈਨ ਕਰਨ ਨਾ ਕਰਨ ਨਾਲ ਜਾਂ ਰਾਸ਼ਟਰਪਤੀ ਦੇ ਸਾਈਨ ਕਰਨ ਨਾ ਕਰਨ ਨਾਲ ਜਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਜਿਹੜਾ ਇੱਕ ਦਸਾਹਸ ਹੈਗਾ ਉਸ ਕਾਰਨ ਨਾਲ ਇੱਕ ਫਰਕ ਤਾਂ ਪਊਗਾ ਕੁਝ ਜਾਂ ਮਤਲਬ ਉਹ ਨਾਲ ਇਹਨੂੰ ਢਾਹ ਤਾਂ ਲੱਗੂਗੀ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ ਹੈ ਪੰਜਾਬ ਨੂੰ ਜਦੋਂ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਿਆ ਔਰ ਪੰਜਾਬ ਦੇ ਵਿਧਾਨਕਾਰਾਂ ਨੇ ਫੈਸਲਾ ਕਰ ਲਿਆ ਕਿ ਸਾਡਾ ਨਾ ਤੱਕਾ ਹੋਇਆ ਪੰਜਾਬ ਨਾਲ ਤੱਕਾ ਹੋਇਆ ਉਸ ਤੱਕੇ ਨਾਲ ਜੁੜ ਕੇ ਬਾਕੀ ਤੱਕੇ ਵੀ ਹੌਲੀ-ਹੌਲੀ ਸਾਹਮਣੇ ਆਣਗੇ ਲੋਕਾਂ ਦੇ ਚੇਤੇ ਐਨੇ ਵਿਸਰੇ ਨਹੀਂ ਕਿ ਉਹ ਟੱਕਿਆਂ ਬਾਰੇ ਲੋਕਾਂ ਨੂੰ ਪਤਾ ਨਾ ਹੋਵੇ ਸਿਰਫ ਇੱਕ ਨਰੇਟਿਵ ਨਹੀਂ ਸੀ ਬਿਲਡ ਹੋ ਰਿਹਾ ਇੱਕ ਵਰਤਾਂਤ ਨਹੀਂ ਸਿਰਜਿਆ ਜਾ ਸਕਿਆ ਅੱਜ ਦੇ ਜੋ ਵਿਧਾਨ ਸਭਾ ਦੀ ਕਾਰਵਾਈ ਨੇ ਇੱਕ ਵਰਤਾਂਤ ਸਿਰਜ ਦਿੱਤਾ ਕਿ ਕੇਂਦਰ ਸਰਕਾਰ ਨੂੰ ਸੰਗੀਪਾਂ ਢਾਂਚੇ ਦੀ ਸਹੀ ਭਾਵਨਾ ਤਹਿਤ ਸੰਜੀਤ ਸੰਗੀ ਢਾਂਚੇ ਦੀ درست ਭਾਵਨਾ ਤਹਿਤ ਇੱਕ ਵਿਹਾਰ ਕਰਨਾ ਚਾਹੀਦਾ ਹੈਗਾ ਔਰ ਰਾਜਾਂ ਦੇ ਅਧਿਕਾਰਾਂ ਦੇ ਹੱਥ ਨਹੀਂ ਲਾਣਾ ਚਾਹੀਦਾ ਜਿਹੜੇ ਸੰਵਿਧਾਨ ਨੇ ਸਾਨੂੰ ਦਿੱਤੇ ਹੈਗੇ ਆ ਔਰ ਜਾਂ ਸਾਡੇ ਜਿਹੜੇ ਹੁਕਮਕਾਰ ਬਣਦੇ ਹੈਗੇ ਸੋ ਇਹ ਮੈਂ ਸਮਝਦਾ ਕਿ ਇਹ ਜਿਹੜੀ ਇਹਦਾ ਅਮਲ ਕੀ ਬੰਦ ਚੱਲਦਾ ਹੈਗਾ ਇਹ ਇੱਕ ਰਾਸ਼ਟਰਪਤੀ ਮਨਜ਼ੂਰੀ ਦਿੰਦਾ ਨਹੀਂ ਦਿੰਦਾ ਉਹਦੇ ਨਾਲ ਬਾਅਦ ਦੀ ਸਿਆਸੀ ਮੱਤਸਾ ਇਹਦੀ ਜਿਹੜੀ ਇੱਕ ਇੱਕ ਮਤਲਬ ਜੀ ਨੂੰ ਕਹਿੰਦੇ ਆ ਕਿ ਵਿਖੀ ਰਾਜਨੀਤੀ ਦੇ ਨੈਣ ਨਕਸ਼ ਤੈਅ ਕਰਨ ਵਾਲਾ ਮੈਂ ਇਹਨੂੰ ਕਰਮ ਸਮਝਦਾ ਹੈਗਾ ਉਹਦੇ ਚ ਜੇਕਰ ਪੰਜਾਬ ਨੇ ਜੇਕਰ ਰਾਜ ਕੇ ਕੇਂਦਰ ਨੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਵਰਗਾ ਦੁਸਾਹਸ ਕੀਤਾ ਜਿਹੜੀ ਕਾਰਵਾਈ ਕੀਤੀ ਤਪ ਸਮੁੱਚਾ ਪੰਜਾਬ ਔਰ ਗਾਂਧੀ ਸਭ ਦੇ ਮੋਰੇ ਹੋਊਗਾ ਇਹਦਾ ਡਟ ਕੇ ਵਿਰੋਧ ਕਰਾਂਗੇ ਮਰਦੇ ਦਮ ਤੱਕ ਵਿਰੋਧ ਕਰਾਂਗੇ ਜੀ ਜਾਨ ਤੇ ਖੇਲ ਕੇ ਵਿਰੋਧ ਕਰਾਂਗੇ ਔਰ ਅਸੀਂ ਇਸ ਨੂੰ ਕਾਮਬਾਮ ਨਹੀਂ ਹੋਣ ਦੇਵਾਂਗੇ ਡਟਸਪ ਕਹਿੰਦੇ ਨੇ ਕਿ ਜੇ ਇਹ ਮਸਲਾ ਜਿਹੜਾ ਹੈ ਉਹ ਸੁਪਰੀਮ ਕੋਰਟ ਤੱਕ ਵੀ ਜਾ ਸਕਦਾ ਹੈ ਹੋ ਸਕਦਾ ਹੈ ਕਿ ਅਗਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕੋਈ ਆਸ ਹੈ ਕਿ ਸੁਪਰੀਮ ਕੋਰਟ ਤੋਂ ਕੋਈ ਹੱਲ ਪੰਜਾਬ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਵੇ ਨਹੀਂ ਮੈਨੂੰ ਬਹੁਤੀ ਆਸ ਨਹੀਂ ਹੈਗੀ ਜੀ ਕਿਉਂਕਿ ਸੁਪਰੀਮ ਕੋਰਟ ਦੇ ਉਹਦੀ ਆਪਣੀਆਂ ਇੱਕ ਧਾਰਨਾਵਾਂ ਹੈਗੀਆਂ ਉਹਨਾਂ ਨੂੰ ਸੰਗੀਤਾਂਚੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੈਗੀ ਹੈ ਔਰ ਇਹਦੇ ਵਿੱਚ ਵੀ ਇਹਨਾਂ ਨੇ ਕਲੌਜ਼ ਪਾਈ ਹੈ ਬਿੱਲ 'ਚ ਜਿਹੜੇ ਕਿ ਇਹਦੇ ਵਿੱਚ ਕਿ ਜਿਹੜਾ ਰਾਜ ਇਹਨਾਂ ਬਿੱਲਾਂ ਨੂੰ ਲਾਗੂ ਨਹੀਂ ਕਰੂਗਾ ਉਹ ਰਾਜ ਬਰਖਾਸਤ ਕੀ ਉਹ ਸਰਕਾਰਾਂ ਬਰਖਾਸਤ ਕੀਤੀਆਂ ਜਾ ਸਕਦੀਆਂ ਹੈਗੀਆਂ ਸੋ ਕੇਂਦਰ ਸਰਕਾਰ ਦੇ ਉੱਪਰ ਉਸ ਉਸ ਬਿੱਲ ਦੀ ਰੋਸ਼ਨੀ ਵਿੱਚ ਹੋ ਸਕਦਾ ਪੰਜਾਬ ਨੂੰ ਖਿੰਡ ਕੇ ਸੈਂਟਰ ਤੋਂ ਕੋਈ ਸੈਂਟਰ ਤੋਂ ਰਾਸ਼ਟਰਪਤੀ ਤੋਂ ਜਾਂ ਰਾਜਪਾਲ ਤੋਂ ਜਾਂ ਫਿਰ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਾ ਮਿਲੇ ਪਰ ਮੇਰੇ ਵਾਸਤੇ ਸਵਾਲ ਕੱਲਾ ਇਹ ਇਸ ਮੌਜੂਦਾ ਪ੍ਰਸੰਗ ਵਿੱਚ ਬਿੱਲਾਂ ਦੇ ਨਾਲ ਜੋੜ ਕੇ ਵੀ ਹੈਗੀ ਹੈ ਪਰ ਉਸ ਤੋਂ ਵੱਧ ਇੱਕ ਜੋ ਸਿਆਸੀ ਇੱਕ ਸੀ ਦਾ ਖੁੱਲਿਆ ਹੈਗਾ ਹੈ ਸਿਆਸੀ ਇੱਕ ਨਵਾਂ ਇੱਕ ਰਾਜ ਬਣਿਆ ਹੈਗਾ ਹੈ ਕਿ ਰਾਜਾਂ ਨੂੰ ਆਪਣੇ ਅਧਿਕਾਰਾਂ ਦੀ ਹੋਸ਼ ਆਈ ਹੈ ਔਰ ਰਾਜਾਂ ਨੂੰ ਕੇਂਦਰ ਵੱਲੋਂ ਜੋ ਕੇਂਦਰੀਕਰਨ ਦੀ ਸੱਤਾ ਦੇ ਸਿਆਸਤ ਦੇ ਤੇ ਸਾਧਨਾਂ ਦੇ ਜੋ ਕੇਂਦਰੀਕਰਨ ਦੀ ਨੀਤੀ ਹੈਗੀ ਹੈ ਉਹਦੇ ਖਿਲਾਫ ਇੱਕ ਮਾਹੌਲ ਪੰਜਾਬ ਵਿੱਚ ਵੀ ਬਣ ਰਿਹਾ ਬੰਗਾਲ ਵਿੱਚ ਵੀ ਬਣ ਰਿਹਾ ਨੱਡੂ ਚੇ ਬਣ ਰਿਹਾ ਉੱਤਰ ਪੂਰਬੀ ਰਾਜਾਂ ਤੇ ਬਣ ਰਿਹਾ ਤੇ ਸਮੁੱਚਾ ਦੇਸ਼ ਇੱਕ ਹਕੀਕੀ ਫੈਡਰਲ ਢਾਂਚੇ ਵਾਸਤੇ ਰਾਜਾਂ ਦੀ ਖੁਦਮੁਖਤਿਆਰੀ ਵਾਸਤੇ ਔਰ ਇੱਕ ਇੱਕ ਸੱਚ ਸਹੀ ਮੈਨੇਜਿਕ ਜਮਹੂਰੀ ਮੁਲਕ ਹੋਣ ਵੱਲ ਨੂੰ ਉਹ ਇੱਕ ਪੰਜਾਬ ਪੰਜਾਬ ਨੇ ਸ਼ੁਰੂਆਤ ਕੀਤੀ ਹੈ ਪੰਜਾਬ ਨੇ ਲੀਡ ਲੀਤੀ ਹੈ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਹੈਗਾ ਜਿਹਦੇ तमाम ਵਿਦਾਨਕਾਰਾਂ ਨੇ ਆਪਣੀ ਪਾਰਟੀਵਾਦੀ ਦੇ ਹਿੱਤਾਂ ਤੋਂ ਉੱਪਰ ਉੱਠ ਕੇ ਇਸ ਤੱਕੜ ਕਾਲੇ ਕਾਨੂੰਨਾਂ ਨੂੰ ਜਿਹੜੇ ਸਾਡੇ ਪੰਜਾਬ ਦੀ ਆਤਮਾ ਕਿਸਾਨੀ ਨੂੰ ਤਬਾਹ ਕਰਨ ਦੇ ਲਈ ਲਿਆਂਦੇ ਗਏ ਸੀਗੇ ਕਾਰਪਟ ਸੈਕਟਰ ਨੂੰ ਚੋਰ ਮੂਰੀਆਂ ਰਾਈ ਅੰਦਰ ਵੜਨ ਦਾ ਕੀ ਯਤਨ ਸੀਗਾ ਉਹਨਾਂ ਦੇ ਮੁਨਾਫੇ ਵਧਾਉਣ ਦਾ ਯਤਨ ਸੀਗਾ ਕਿਸਾਨ ਨੂੰ ਜ਼ਮੀਨ ਤੋਂ ਕਿ ਖੁੰਗੜ ਕਰਨ ਦਾ ਯਤਨ ਸੀਗਾ ਉਹ ਯਤਨ ਨੂੰ ناکਾਮ ਕਰਨ ਵਾਲਾ ਕਦਮ ਚੁੱਕਿਆ ਹੈਗਾ ਚਾਹੇ ਇਹਦੀ ਇਹਦੀ ਜਿਹੜੀ ਫਿਤਰਤ ਹੈਗੀ ਹੈ ਉਹ ਚਾਹੇ ਵਿਦਾਨਕਾਰੀ ਹੈਗੀ ਹੈ ਪਰ ਇਸ ਦਾ ਜੋ ਅਸਰ ਹੈਗਾ ਉਹ ਲੰਮੇ ਸਮੇਂ ਵਾਸਤੇ ਸਿਆਸੀ ਤੌਰ ਤੇ ਚੱਲਣ ਵਾਲਾ ਹੈਗਾ ਦੂਜੀ ਗੱਲ ਇਹ ਵੀ ਕਿਹਾ ਜਾ ਰਿਹਾ ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਸਰਕਾਰ ਨੂੰ ਜਿਹੜਾ ਭੰਗ ਵੀ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਡਾਵਾ ਡੋਲ ਵੀ ਕਿਤੇ ਇਹ ਨਾ ਹੋਵੇ ਕਿ ਸਰਕਾਰ ਨੂੰ ਅਗਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਚ ਰਾਸ਼ਟਰਪਤੀ ਰਾਜ ਵਿਲਾਛਤ ਕੋਈ ਇਹੋ ਜੀ ਨੀਤੀ ਕੇਂਦਰ ਵੱਲੋਂ ਕੋਈ ਘੜੀ ਜਾ ਰਹੀ ਹੈ ਕੋਈ ਤੁਹਾਡੀ ਨਜ਼ਰ ਵਿੱਚ ਹੋਵੇ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬਿੱਲਾਂ ਦੇ ਵਿੱਚ ਕਾਨੂੰਨ ਦੇ ਵਿੱਚ ਇਹ ਵੀ ਚਰਚਾ ਆ ਨਹੀਂ ਦੇਖੋ ਮੇਰਾ ਨਹੀਂ ਖਿਆਲ ਕਿ ਜੋ ਕਮਾਂਤਰੀ ਹਾਲਤਾਂ ਨੇ ਜੋ ਕੌਮੀ ਹਾਲਤਾਂ ਨੇ ਜਿਸ ਤਰ੍ਹਾਂ ਕਸ਼ਮੀਰ ਚ ਹਾਲਤ ਹੈਗੀ ਹੈ ਜਿਸ ਤਰ੍ਹਾਂ ਪਾਕਿਸਤਾਨ ਨਾਲ ਸੰਬੰਧ ਹੈਗੇ ਹੈ ਜਿਸ ਤਰ੍ਹਾਂ ਮਤਲਬ ਚੀਨ ਨਾਲ ਜੋ ਸੰਬੰਧ ਚੱਲਦੇ ਪਏ ਹੈਗੇ ਹੈ ਜੋ ਹਿੰਦੁਸਤਾਨ ਦਾ ਮਾਹੌਲ ਹੈਗਾ ਹੈ ਉਹ ਕੇਂਦਰ ਨੂੰ ਇਸ ਗਲਤੀ ਇਜਾਜ਼ਤ ਦੇਊਗਾ ਕਿ ਪੰਜਾਬ ਵਰਗੇ ਮਹੱਤਵਪੂਰਨ ਰਾਜ ਨੂੰ ਜਿੱਥੇ ਇੱਕ ਸਿੱਖ ਘਟ ਗਿਣਤੀ ਦੀ ਵਸੋਂ ਹੈਗੀ ਹੈ ਔਰ ਜਿਹੜਾ ਬਹੁਤ ਲੰਮਾ ਸਮਾਂ ਖੜਕੂ ਬਾਦ ਦੇ ਦਰਚੋ ਲੰਗਿਆ ਹੈਗਾ ਹੈ ਔਰ ਜਿ ਜਿਹਨੋ ਮਤਲਬ ਬਾਰੇ ਮਤਲਬ ਕੇਂਦਰ ਸਰਕਾਰ ਨੂੰ ਪਲੀ ਪਾਤ ਪਤਾ ਹੈਗਾ ਕਿ ਪੰਜਾਬੀ ਕਿਸ ਮਿੱਟੀ ਦੇ ਬਣੇ ਹੋਏ ਹੈ ਜਿਨ੍ਹਾਂ ਨੇ ਮਤਲਬ ਲਗਾਤਾਰ ਮਤਲਬ ਸਤਾ ਸਤਾਪਤੀ ਦੇ ਖਿਲਾਫ ਬਾਬੇ ਨਾਨਕ ਤੋਂ ਲੈ ਕੇ ਪਾਪ ਦੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗੇਦਾਨ ਵੇ ਲਾਲੋ ਰਾਜੇ ਸ਼ੀਮ ਮਕਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ ਉਸ ਰਵਾਇਤ ਦੇ ਮਾਲਕ ਹੈ ਭਗਤ ਸਰਾਬੇ ਦੇ ਮਾਲਕ ਹੈ ਗਦਰੀ ਬਾਬਿਆਂ ਦੇ ਬਰਾਸੇ ਦੇ ਮਾਲਕ ਹੈ ਇਹ ਬਬਰ ਕਾਲੀ ਕਾਲੀ ਲਹਿਰ ਦੇ ਬਾਰਸਾਂ ਦੇ ਮਾਲਕ ਹੈਗੇ ਆ ਉਸ ਪੰਜਾਬ ਬਾਰੇ ਸੈਂਟਰ ਨੂੰ ਕਿਸੇ ਭਰਪਲੇਖੇ ਨਹੀਂ ਰਹਿਣਾ ਚਾਹੀਦਾ ਕਿ ਪੰਜਾਬ ਥੋੜੇ ਕੀਤੇ ਜਾਂ ਮਤਲਬ ਉਹਨਾਂ ਦੇ ਜ਼ਬਰ ਨਾਲ ਜਾਂ ਉਹਨਾਂ ਦੇ ਦਹਿਸ਼ਤ ਨਾਲ ਜਾਂ ਉਹਨਾਂ ਦੇ ਰਾਸ਼ਟਰਪਤੀ ਰਾਜ ਨਾਲ ਉਹਨਾਂ ਕੋਲ ਦਬ ਜਾਊਗਾ ਅਸੀਂ ਦਵਣ ਵਾਲੀ ਕੌਮ ਨਹੀਂ ਹੈਗੇ ਪੰਜਾਬੀ ਕੌਮ ਦਾ ਬੜਾ ਲੰਮਾ ਸ਼ਾਨਦਾਰ ਵਿਰਸਾ ਤੇ ਇਤਿਹਾਸ ਹੈਗਾ ਅਸੀਂ ਆਪਣੇ ਇਤਿਹਾਸ ਤੇ ਖਰੇ ਉਤਰਾਂਗੇ ਜਿਹੜੀ ਕੈਪਟਨ ਸਰਕਾਰ ਨੇ ਅੱਜ ਤਿੰਨ ਵੇਲੇ ਹੋਰ ਲਿਆਂਦੇ ਨੇ ਇਹਦੇ ਨਾਲ ਇੱਕ ਤਾਂ ਐਮਐਸਪੀ ਨੂੰ ਲੈ ਕੇ ਕਿ ਘੱਟੋ ਘੱਟ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਰੱਖੀ ਜਾਏਗੀ ਉਹਨਾਂ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ ਕਿਸ ਤਰ੍ਹਾਂ ਸਰਕਾਰ ਦੇ ਫੈਸਲੇ ਕੋਈ ਕਾਫੀ ਹਾਂ ਪੱਕੇ ਬਕੀ ਦਾ ਬਿੱਲਾ ਨੂੰ ਡਿਟੇਲ ਚ ਪੜਨ ਕੇ ਹੀ ਉਹਨਾਂ ਤੇ ਇੱਕ ਮੁਕੰਮਲ ਜਿਹੜੀ ਕਮੈਂਟਰੀ ਆ ਜਾਂ ਮੁ ਪਰ ਕੁੱਲ ਮਿਲਾ ਕੇ ਜੋ ਇਹ ਹੈ ਕਿ ਜਿਹੜਾ ਐਮਐਸਪੀ ਉਹ ਘੱਟ ਖਰੀਦੂਆ ਜਿਹੜੀ ਕਿ ਕੱਲ ਨੂੰ ਹੋਣਾ ਹੈਗਾ ਉਹਦੇ 3 ਸਾਲ ਦੀ ਸਜਦਾ ਪ੍ਰਾਵਧਾਨ ਕਰ ਦਿੱਤਾ ਹੈਗਾ ਤੇ ਉਸ ਤੋਂ ਇਲਾਵਾ ਜਿਹੜੀ ਮੰਡੀਕਰਨ ਦੀ ਵਿਸਥਾ ਦਾ ਕਰ ਦਿੱਤਾ ਹੈਗਾ ਉਸ ਤੋਂ ਇਲਾਵਾ ਜਿਹੜੇ ਮਤਲਬ ਜਿਹੜੀ ਕਿਸਾਨਾਂ ਦੀ ਜ਼ਮੀਨ ਨਾ ਖਰੀਦੀ ਜਾਵੇ ਉਹਦਾ ਪ੍ਰਾਵਧਾਨ ਕਰ ਦਿੱਤਾ ਹੈਗਾ ਤੇ ਇੱਕ ਦੋ ਹੋਰ ਬਹੁਤ ਵਧੀਆ ਜਿਹੇ ਕਦਮ ਹੈਗੇ ਆ ਨਾ ਬਿਲਾਂ ਚ ਲੈ ਵੱਡੀ ਗੱਲ ਹੈ ਕਿ ਉਹ ਤੋਂ ਬਾਅਦ ਬਹੁਤਾਂ ਕੇਂਦਰ ਦੇ ਬਿਲ ਰੱਦ ਕੀਤੇ ਗਏ ਤੇ ਪੰਜਾਬ ਸਰਕਾਰ ਜਿਹੜਾ ਕਿ ਐਗਰੀਕਲਚਰ ਰਾਜ ਦਾ ਵਿਸ਼ਾ ਹੈਗਾ ਮੈਂ ਤੁਹਾਨੂੰ ਦੱਸਣਾ ਹਾਂ ਕਿ ਸੰਵਿਧਾਨ ਦੀ ਜੋ ਰਾਜਾਂ ਦੀ ਸੂਚੀ ਹੈਗੀ ਹੈ ਉਹਦੀ 14ਵੀਂ ਮਦ ਵਿੱਚ ਜਿਹੜਾ ਐਗਰੀਕਲਚਰ ਹੈ ਇਹ ਰਾਜ ਦਾ ਵਿਸ਼ਾ ਹੈਗਾ 8ਵੀਂ ਮਦ ਵਿੱਚ ਜਿਹੜੀ ਜਿਹੜੀ ਮਾਰਕੀਟਿੰਗ ਹੈਗੀ ਹੈ ਇਹ ਰਾਜ ਦਾ ਵਿਸ਼ਾ ਹੈਗਾ ਕੇਂਦਰ ਸਰਕਾਰ ਨੇ ਜਿਹੜੀ ਸੰਵਿਧਾਨ ਦੀਆਂ ਦੋਨੋਂ ਮਦਾਂ ਨੂੰ ਰਾਜ ਦੀਆਂ ਮਦਾਂ ਨੂੰ ਉਹਨੋਂ ਤਹਿਸ ਨਾਸ ਕਰਕੇ ਪੈਰਟ ਕੁਚਲ ਕੇ ਉਧਕਾਰ ਰਾਜ ਕੋਲੋਂ ਖੋ ਕੇ ਆਪਣੇ ਹੱਥਾਂ 'ਚ ਲੈ ਕੇ ਇੱਕ ਕਾਨੂੰਨ ਲੈ ਕੇ ਆਂਦੇਗੇ ਜਿਹੜੇ ਸਰਾਸਰ ਗਲਤ ਹੈ ਔਰ ਜੇ ਸੁਪਰੀਮ ਕੋਰਟ ਤੋਂ ਕਿਸੇ ਗੱਲ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਕੋਈ ਠੋਸ ਨੁਕਤਾ ਹੈਗਾ ਤਾਂ ਠੋਸ ਨੁਕਤਾ ਇਹ ਹੈ ਕਿ ਮੋਦੀ ਸਰਕਾਰ ਨੇ ਸੰਵਿਧਾਨਕ ਉਲੰਘਣਾ ਕਰਕੇ ਜਿਹੜੀ ਰਾਜਾਂ ਦੀ ਸੂਚੀ ਦੀਆਂ ਮੱਦਾ ਸਿਗੀਆਂ 14 ਤੇ 28 ਜਿਨ੍ਹਾਂ 'ਚ ਜਿਨ੍ਹਾਂ 'ਚ ਐਗਰੀਕਲਚਰ ਵੀ ਰਾਜ ਦਾ ਵਿਸ਼ਾ ਔਰ ਮਾਰਕੀਟਿੰਗ ਵੀ ਰਾਜ ਦਾ ਵਿਸ਼ਾ ਹੈ ਜਿਸ ਤਰ੍ਹਾਂ ਮੰਡੀਕਰਨ ਬੋਰਡ ਭੰਗ ਕੀਤੇ ਜਾਂ ਉਹਨਾਂ ਦੇ ਖੁਰਨ ਵਾਸਤੇ ਧਾਰ ਤਿਆਰ ਕੀਤਾ ਖਤਮ ਕਰ ਪ੍ਰੈਕਟੀਕਲੀ ਖਤਮ ਕਰਨ ਵਾਲੀ ਉਨਾ ਦੇ ਉਨਾ ਦੇ ਆਧਾਰ ਤੇ ਹੀ ਸੁਪਰੀਮ ਕੋਰਟ ਤੋਂ ਸਾਨੂੰ ਕੋ ਹਾਂ ਪੱਕੀ ਰਾਹਤ ਮਿਲ ਸਕਦੀ ਹੈ ਇੱਕ ਟੂਜੀਕਰ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਤੇ ਵੀ ਹੁਣ ਦਿੱਲੀ ਚ ਦਬਾਅ ਬਣਦਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਕੇਜਰੀਵਾਲ ਸਾਹਿਬ ਨੂੰ ਕਹਿ ਰਹੇ ਨੇ ਕਿ ਦਿੱਲੀ ਚ ਵੀ ਇਹ ਬਿੱਲ ਜਿਹੜਾ ਉਹ ਇਹਦੇ ਖਿਲਾਫ ਪਾਸ ਕੀਤਾ ਜਾਵੇ ਲੱਗਦਾ ਹੈ ਕੋਈ ਇਹੋ ਜਿਹਾ ਫੈਸਲਾ ਦਿੱਲੀ ਲੈ ਸਕਦਾ ਜਾਂ ਦਿੱਲੀ ਨੂੰ ਲੈਣਾ ਚਾਹੀਦਾ ਨਹੀਂ ਦੇਖੋ ਮੈਂ ਤਾਂ ਦੇਖੋ ਦਿੱਲੀ ਦਾ ਮੈਨੂੰ ਪਤਾ ਨਹੀਂ ਮੈਨੂੰ ਇੰਨਾ ਜ਼ਰੂਰ ਪਤਾ ਹੈਗਾ ਕਿ ਜਿਹੜੇ ਕੇਜਰੀਵਾਲ ਸਾਹਿਬ ਦਿੱਲੀ ਵਾਸਤੇ ਪੂਰੀ ਸਟੇਟ ਹੁਡ ਦੇ ਦਰਜੇ ਵਾਸਤੇ ਪੂਰੇ ਰਾਜ ਦੇ ਦਰਜੇ ਵਾਸਤੇ ਵਰਤ ਰੱਖੀ ਬੈਠੇ ਸੀਗੇ ਜਾਂ ਮਰਨੇ ਮਾਰਦੇ ਸੀਗੇ ਜਦੋਂ ਕਸ਼ਮੀਰ ਨੂੰ ਦੋ ਟੋਟੇ ਕਰਦਾ ਮਾਮਲਾ ਆਇਆ ਦੋ ਦੋ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਕਮਿਸ਼ਨ ਕਸ਼ਮੀਰ ਰਾਜ ਨੂੰ ਤੋੜ ਬਣੇ ਬਣਾਏ ਰਾਜ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਹੈਗਾ ਉਸ ਵੇਲੇ ਜਿਹੜਾ ਜਿਹੜਾ ਬਿੱਲ ਸੀਗਾ ਉਹਦੇ ਹੱਕ 'ਚ ਵੋਟ ਪਾਈ ਕੇਜਰੀਵਾਲ ਸਾਹਿਬ ਨੇ ਤੇ ਉਹਦੀ ਪਾਰਟੀ ਨੇ ਇਹ ਬੰਦੇ ਦੇ ਜਿਹੜਾ ਦੋਗਲਾ ਮਤਲਬ ਪਣ ਹੈਗਾ ਉਹ ਜ਼ਾਹਰ ਕਰਦਾ ਹੈਗਾ ਇਹ ਵੀ ਪੰਜਾਬ ਦੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਆ ਕਿਉਂਕਿ ਉਹਨ ਕਿਉਂਕਿ ਪੰਜਾਬ ਵਿੱਚ ਰਹਿੰਦੇ ਨੇ ਪੰਜਾਬ ਦੇ ਲੋਕਾਂ ਦੇ ਲੋਕ ਤੱਕ ਲਿਖੇ ਜਾਂਦੇ ਜਾਣੇ ਨੇ ਉਹ ਜ਼ਰੂਰ ਇਮਾਨਦਾਰੀ ਨਾਲ ਕੋਸ਼ਿਸ਼ ਕਰਨਗੇ ਕੇਂਦਰ ਸਰਕਾਰ ਜਿਹੜਾ ਬਿੱਲ ਲੈ ਕੇ ਆਵੇ ਜਿਹਦੇ ਚ ਜੋ ਜਿਹੜੀ ਕਿ ਦਿੱਲੀ ਸਰਕਾਰ ਹੈ ਜਿਹੜਾ ਬਿੱਲ ਲੈ ਕੇ ਆਵੇ ਜਿਹ ਵਿੱਚ ਮੋਦੀ ਸਰਕਾਰ ਦਾ ਜੋ ਤੱਕਾ ਹੈਗਾ ਪੰਜਾਬ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਉਹ ਦੂਰ ਹੋਣਾ ਚਾਹੀਦਾ ਉਹ ਬਿੱਲਾਂ ਨੂੰ ਰੱਦ ਕਰੇ ਇਹਦੇ ਨਾਲ ਉਹ ਚਾਹੇ ਫਰਕ ਨਹੀਂ ਪੈਣਾ ਹੈਗਾ ਪਰ ਇਹਨਾਂ ਇੱਕ ਇੱਕ ਤੁਹਾਨੂੰ ਮੋਰਲ ਜਿਹੜੀ ਇੱਕ ਇੱਕ ਤਾਕਤ ਹੈਗੀ ਹੈ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਅਨੁਸਤੰਤ ਮਿਲਦੀ ਹੈ ਤੁਹਾਨੂੰ ਤੁਹਾਨੂੰ ਇੱਕ ਤਾਕਤ ਮਿਲਦੀ ਹੈਗੀ ਹੈ ਔਰ ਬਾਕੀ ਰਾਜਾਂ ਨੂੰ ਹੌਸਲਾ ਮਿਲਦਾ ਹੈਗਾ ਕਿ 1 2 3 4 5 6 ਕਿੰਨੇ ਰਾਜ ਇਸ ਇਸ ਮੋਦੀ ਦੇ ਧੱਕੜ ਕਦਮ ਦੇ ਖਿਲਾਫ ਖੜੇ ਹੋਏ ਆ ਜਾਂ ਮੋਦੀ ਸਾਹਿਬ ਮੋਦੀ ਸਾਹਿਬ ਦੀ ਜੋ ਜੋ ਨੀਤੀ ਹੈਗੀ ਬਿਲਕੁਲ ਇੱਕ ਦੇਸ਼ ਇੱਕ ਮਾਰਕੀਟ ਇੱਕ ਇੱਕ ਬੋਲੀ ਸਭ ਕੁਝ ਸਭ ਕੁਝ ਇੱਕ ਸਾਰੀਆਂ ਵਲੱਖਣਤਾਵਾਂ ਖਤਮ ਕਰਕੇ ਸਾਰੇ ਰੰਗਾਂ ਨੂੰ ਖਤਮ ਕਰਕੇ ਜੋ ਦੇਸ਼ ਨੂੰ ਭਗਵੇਂ ਰੰਗ ਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ Hindu ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਕਦੀ ਨਹੀਂ ਬਣ ਸਕਦਾ ਭਾਰਤ ਬਹੁ ਕੌਮੀ ਬਹੁ ਭਾਸ਼ੀ ਬਹੁ ਬਹੁ ਸੱਭਿਆਕ ਬਹੁ ਨਸਲੀ ਮੁਲਕ ਹੈਗਾ ਬਹੁ ਕੌਮੀ ਮੁਲਕ ਹੈਗਾ ਇਸੇ ਰੂਪ ਰਹਿਣ ਦਿੱਤਾ ਜਾਵੇ ਇਹ ਗੁਲਦਸਤਾ ਹੈਗਾ ਹੈ ਅਲੱਗ-ਅਲੱਗ ਫੁੱਲ ਖਿੜਨਦੇ ਹੋ ਕਿ ਕਿਸੇ ਗੁਲਦਸਤੇ ਦੀ ਖੂਬਸੂਰਤੀ ਪਤਾ ਕਿਸ ਗੱਲ ਚ ਹੈ ਇਸ ਗੱਲ ਚ ਇਹ ਚ ਫੁੱਲ ਰੰਗ ਅਲੱਗ ਅਲੱਗ ਰੰਗਾਂ ਦੇ ਹੁੰਦੇ ਜੇ ਤੁਸੀਂ ਗੁਲਦਸਤੇ 'ਚ ਇੱਕੋ ਰੰਗ ਦੇ ਫੁੱਲ ਤੁੰਨ ਦਿਓਗੇ ਤਾਂ ਗੁਲਦਸਤੇ ਦੀ ਖੂਬਸੂਰਤੀ ਖਤਮ ਕਰ ਹੋ ਜਾਊਗੀ ਸੋ ਜਿਹੜੀ ਗੁਲਦਸਤੇ ਦੀ ਹਿੰਦੁਸਤਾਨ ਰੂਪੀ ਗੁਲਪਾਰਤ ਰੂਪੀ ਗੁਲਦਸਤੇ ਦੀ ਜੋ ਖੂਬਸੂਰਤੀ ਖਤਮ ਕਰ ਤੇ ਕੇਂਦਰ ਤੋਂ ਲਿਆ ਹੋਇਆ ਉਹਦੇ ਵਿਰੋਧ ਵਿੱਚ ਜੋ ਪੰਜਾਬ ਨੇ ਅੱਜ ਇਹ ਕਦਮ ਚੁੱਕਿਆ ਕੈਪਟਨ ਸਰਕਾਰ ਨੇ ਔਰ ਔਰ ਪੰਜਾਬ ਦੇ ਸਮੁੱਚੇ ਵਿਧਾਨਕਾਰਾਂ ਨੇ ਸਾਰੀ ਸਿਆਸੀ ਪਾਰਟੀਆਂ ਵਧਾਈ ਦੀ ਹੱਕਦਾਰ ਨੇ ਉਦਾਂ ਮੈਂ ਸਭ ਦਾ ਮੈਂ ਸਮਝਦਾ ਇੱਕ ਇਹ ਇਹਦਾ ਫੌਰੀ ਤਾਂ ਹੋਣਾ ਤੋਂ ਹੋਣਾ ਹੀ ਹੈ ਪਰ ਪੰਜਾਬ ਦੇ ਲੰਮੇ ਦਾਦੀ ਸਿਆਸਤੋਂ ਇੱਕ ਮੀਲ ਪੱਥਰ ਸਾਬਤ ਹੋਊਗਾ ਡਾਕਟਰ ਫਖੀਰ ਦੇ ਵਿੱਚ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਵੀ ਬੜੀ ਚਰਚਾ ਵਿੱਚ ਨੇ ਸਿੱਧੂ ਸਾਹਿਬ ਨੇ ਆਪਣੀ ਇੱਕ ਵੀਡੀਓ ਨਸ਼ਰ ਕੀਤੀ ਤੁਸੀਂ ਸੁਣੀ ਹੋਣੀ ਕਿਸਾਨੀ ਸਮੱਸਿਆ ਤੇ ਹੱਲ ਦੀ ਵੀ ਗੱਲ ਕੀਤੀ ਜਿਹੜੇ ਹੱਲ ਉਹ ਦੱਸਦੇ ਨੇ ਤੁਸੀਂ ਉਹਨਾਂ ਨਾਲ ਕੀ ਵਕਫੀਅਤ ਰੱਖਦੇ ਹੋ ਕਿ ਉਹ ਹੱਲ ਸਹੀ ਨੇ ਜਾਂ ਉਹਦੇ ਨਾਲ ਕਿਸਾਨਾਂ ਦਾ ਭਲਾ ਹੋ ਸਕਦਾ ਨਹੀਂ ਨਹੀਂ ਹੱਲ ਦੋ ਲੈਵਲ ਦੇ ਹੈਗੇ ਆ ਇੱਕ ਹੱਲ ਹੈ ਉਹ ਹੈ ਜਿਹੜੇ ਕੇਂਦਰ ਨੇ ਪੰਜਾਬ ਨਾਲ ਧੱਕੇ ਕੀਤੇ ਆ ਮਿਸਾਲ ਦੇ ਤੌਰ ਤੇ ਪਾਣੀ ਦਾ ਧੱਕਾ ਹੈ ਪੰਜਾਬ ਦਾ 76% ਜੋ ਨਹਿਰੀ ਪਾਣੀ ਸਿਕਾ ਜਿਹਦੇ ਸਾਡਾ ਕੁਦਰਤੀ ਦੀ ਸੰਪਦਾ ਸੀ ਸਾਡੀ ਜਿਵੇਂ ਕਿਸੇ ਦੀ ਕੋਲਾ ਕਿਸੇ ਦੀ ਤੇਲ ਹੈ ਕਿਸੇ ਦੀ ਖਣਜ ਹੈ ਕੋਈ ਹੋਰ ਸਾਡਾ ਪਾਣੀ ਸੰਪਦਾ ਸੀਗੀ ਸਾਡੇ ਉੱਤੇ ਰਿਪੇਰੀਅਨ ਹੱਕ ਵੀ ਸੀਗਾ ਤੇ ਸਾਡੇ ਉੱਤੇ ਮਾਲਕੀ ਵੀ ਸੀਗੀ ਉਸ ਰਿਪੇਰੀਅਨ ਹੱਕ ਹੋ ਕੇ ਜੋ ਪੰਜਾਬ ਨੂੰ ਬੰਜਰ ਬਣਦੇ ਕਿਨਾਰੇ ਪਹਚਾਇਆ ਇੱਕ ਰੋਲ ਹੈਗਾ ਆ ਫਿਰ ਜੋ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟ ਜਿੱਥੇ 30 ਪੈਸੇ 80 ਪੈਸੇ ਯੂਨਟ ਬਿਜਲੀ ਪੈਦਾ ਹੁੰਦੀ ਹੈ ਸਾਨੂੰ ਉਹ ਸਾਡੇ ਕੋਲੋਂ ਖੋ ਕੇ ਰਾਜਸਥਾਨ ਤੇ ਦਿੱਲੀ ਨੂੰ ਦਿੱਤੀ ਜਾ ਰਹੀ ਰੋਜ਼ ਦੀ ਰੋਜ਼ ਲੱਖਾਂ ਯੂਨਿਟ ਤੇ ਪੰਜਾਬ ਨੂੰ ਸਿਰਾਂ ਸਕੋਲੇ ਦੀ ਸਵਾ ਪਾ ਕੇ ਸਾਨੂੰ ਜਿਹੜੀ 8.5 ਰੁਪਏ 9 ਰੁਪਏ ਯੂਨਿਟ ਬਿਜਲੀ ਲੈਣੀ ਪੈ ਰਹੀ ਹੈਗੀ ਹੈ ਉਹ ਜਿਹੜਾ ਮੁੱਦਾ ਹੈਗਾ ਹੈ ਪੰਜਾਬ ਦੀ ਰਾਜਧਾਨੀ ਖੋਣ ਦਾ ਮੁੱਦਾ ਹੈਗਾ ਪੰਜਾਬੀ ਬੋਲਦੇ ਇਲਾਕੇ ਕਾਂਗਰਸ ਤੋਂ ਲੈ ਕੇ ਕਰਨਾਲ ਤੱਕ ਉਹ ਖੋਣ ਦਾ ਮੁੱਦਾ ਪੰਜਾਬ ਤੋਂ ਲਾਂਬੇ ਲਿਆਉਣ ਦਾ ਮੁੱਦਾ ਹੈਗਾ ਇੱਕ ਤਾਂ ਇਹ ਮੁੱਦੇ ਨੇ ਦੂਜਾ ਹੈਗਾ ਜੇ ਪੰਜਾਬ ਦੀਆਂ ਦੋ ਪ੍ਰਮੁੱਖ ਰਾਜ ਕਰਦਾ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ 35-40 ਸਾਲ ਬਾਰੀ ਬਣ ਪੰਜਾਬ ਨੂੰ ਅਕਾਲੀਆਂ ਤੇ ਅਕਾਲੀ ਭੱਜਪਾ ਗਠਜੋੜ ਮੈਂ ਕਹਿ ਸਕਦਾ ਦੋਨਾਂ ਨੇ ਬਾਰੀ ਬਨ ਕੇ ਪੰਜਾਬ ਨੂੰ 25 ਸਾਲੀ ਬਾਰੀ ਬਨ ਕੇ ਦੋਹੇ ਹੱਥੀ ਨੰਗੇ ਤੜ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਔਰ ਇਸ ਕਦਰ ਕੀ ਤਾਂ ਕਿ ਪੰਜਾਬ ਦੇ ਆਰਥਿਕ ਗਤੀਵਿਧੀ ਦਾ ਹਰ ਖੇਤਰ ਚਾਹੇ ਜ਼ਮੀਨ ਹੈ ਚਾਹੇ ਉਹ ਸ਼ਰਾਬ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਟਰਾਂਸਪੋਰਟ ਹੈ ਚਾਹੇ ਉਹ ਮਤਲਬ ਹੋਰ ਕੋਈ ਕਾਰੋਬਾਰ ਹੈ ਕੇਬਲ ਦਾ ਕਾਰੋਬਾਰ ਹੈ ਹਰ ਕਾਰੋਬਾਰ ਨੂੰ ਮਾਫੀਆ ਦੀ ਜਕੜ ਚ ਲਿਆ ਕੇ ਦੋਨਾਂ ਪਾਰਟੀਆਂ ਦਾ ਆਪਣਾ ਆਪਣਾ ਮਾਫੀਆ ਆਏਗਾ ਸਾਂਝਾ ਮਾਫੀਆ ਆਏਗਾ ਔਰ ਪੰਜਾਬ ਦਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਜੇ ਖਸਾਨਾਂ ਨੂੰ ਤੁਸੀਂ ਰੈਤਾਂ ਦੇਣੀਆਂ ਤਾਂ ਮਾਫੀਆ ਤੋੜੋ ਮਾਫੀਆ ਖਤਮ ਕਰੋ ਔਰ ਜਿੰਨੀ ਜਿਹੜਾ ਲੁੱਟ ਪ੍ਰਾਈਵੇਟ ਹੱਥਾਂ ਜਾ ਰਿਹਾ ਜਿਹੜੀ ਜਿਹੜਾ ਲੋਕਾਂ ਦਾ ਪੈਸਾ ਪ੍ਰਾਈਵੇਟ ਘਰਾਂ ਜਾ ਰਿਹਾ ਹੈਗਾ ਉਹਨੂੰ ਰੋਕ ਕੇ ਸਰਕਾਰੀ ਖਜ਼ਾਨਾ ਪਰੋ ਉੱਤੋਂ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹੈਗੀਆਂ ਉਹਨਾਂ ਇਹ ਨੁਕਤਾ ਬਿਲਕੁਲ ਠੀਕ ਹੈ ਉਹਨਾਂ ਦਾ ਦੂਜਾ ਨੁਕਤਾ ਜੇਰਾ ਸਮਝ ਦੂਜੇ ਨੁਕਤੇ ਦੇ ਨਾਲ ਵੱਧ ਲੈਬਰਾਟ ਕਰਨਾ ਚਾਹੀਦਾ ਕਿ ਜੋ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ ਔਰ ਜਿਸ ਜਿਹਦੇ ਚ ਪੰਜਾਬ ਦੀਆਂ ਦੋਨੋਂ ਪਾਰਟੀਆਂ ਸ਼ਾਮਲ ਰਹੀਆਂ ਭਾਈਵਾਲ ਰਹੀਆਂ ਕਾਂਗਰਸ ਵੀ ਤੇ ਅਕਾਲੀ ਦਲ ਵੀ ਸਾਰੇ ਕੇਂਦਰੀ ਫੈਸਲਿਆਂ ਵਿੱਚ ਕਾਲੀ ਦਲ ਤਾਂ ਪਰਸ ਤੱਕ ਭਾਜਪਾ ਦੀ ਗੋਦੀ 'ਚ ਬੈਠਾ ਹੋਇਆ ਸੀਗਾ ਹੁਣ ਐਡਾ بڑا ਜਿਹਾ ਸੰਕਟ ਖੜਾ ਹੋਇਆ ਪੰਜਾਬ 'ਤੇ ਤਾਂ ਛੱਡ ਕੇ ਆਇਆ ਹੈਗਾ ਪਰ ਫੇਰ ਵੀ ਅਕਾਲੀ ਦਲ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹਨਾਂ ਨੇ ਵਧੀਆ ਕਦਮ ਚੁੱਕਿਆ ਮੈਂ ਉਹਨਾਂ ਦੀ ਇਸ ਕਦਮ ਦੀ ਹਮਾਇਤ ਕਰਦਾ ਔਰ ਕਾਲੀ ਦਲ ਨੂੰ ਐਕਸੋਨੋਰੇਟ ਕਰਦਾ ਇਸ ਮਾਮਲੇ ਵਿੱਚ ਜਿਹੜਾ ਉਹਨਾਂ ਨੇ ਇੱਕ ਹਿੰਦੂਵਾਦੀ ਪਾਰਟੀ ਦੀ ਗੋਦੀ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ ਹੈਗੀ ਹੈ ਪਰ ਜੇ ਉਹ ਪੰਜਾਬ ਨਾਲ ਕਰ ਗਏ ਪੰਜਾਬ ਦੀ ਲੁੱਟ ਕਰਕੇ ਲੁੱਟਦਾ ਤੰਤਰ ਕਾਇਮ ਕਰ ਗਏ ਉਹਦੇ ਵਾਸਤੇ ਕਾਲੀ ਦਲ ਅਜੇ ਵੀ ਔਰ ਜੋ ਜੋ ਸਿੱਖ ਸਥਾਨਾਂ ਦੀ ਜੋ ਬੇਕਦਰੀ ਕਰ ਗਏ ਜੋ ਉਹਨਾਂ ਦਾ ਸਮਾਨ ਸਮਾਨ ਨੂੰ ਠੇਸ ਪਹਤਾ ਗਏ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਨਹੀਂ ਦੇ ਸਕੇ ਜਾਂ ਪੰਜਾਬ ਚ ਜੋ ਐਸਜੀਪੀਸੀ ਜਾਂ ਅਕਾਲ ਜਥੇਦਾਰ ਸਾਹਿਬ ਕਾਲ ਤੱਕ ਦੇ ਉਹਨਾਂ ਨੇ ਇੱਕ ਜੇਬੀ ਜਥੇਮੰਦੀ ਬਣਾ ਮੰਗ ਬਣਾਣ ਤੱਕ ਗਏ ਉਹ ਜਿਹੜੇ ਸਿਨਸ ਹੈਗੇ ਉਹ ਜਿਹੜੇ ਪਾਪ ਹੈ ਪੰਜਾਬ ਦੇ ਖਿਲਾਫ ਉਹ ਕਾਲੀ ਦਲ ਦੇ ਤੋਤੇ ਜਾਣੇ ਬੜੇ ਮੁਸ਼ਕਲ ਹੈਗੇ ਹੈ ਇਸੇ ਕਰਕੇ ਪੰਜਾਬ ਵਿੱਚ ਕਾਲੀ ਦਲ ਨੂੰ ਅੱਜ ਉਹ ਮਕਬੂਲੀਅਤ ਹਾਸਲ ਨਹੀਂ ਹੈਗੀ ਹੈ ਜਿਹੜੀ 50ਵੇਂ 60ਵੇਂ ਵਿੱਚ ਹੁੰ ਬਿਲਕੁਲ ਤੁਸੀਂ ਕੋ ਫੈਡਰਲਿਜ਼ਮ ਨੂੰ ਲੈ ਕੇ ਤੁਹਾਡੀ ਪਾਰਟੀ ਜਾਂ ਨਵਾਂ ਪੰਜਾਬ ਪਾਰਟੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੰਗ ਉਠ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਤੁਸੀਂ ਉਸ ਗੱਲ ਨੂੰ ਲੈ ਕੇ ਚਰਚਾ ਕੀਤੀ ਹੁਣ ਤੁਸੀਂ ਇਸ ਮੌਕੇ ਜਾਂ ਇਸ ਸਮੇਂ ਦੌਰਾਨ ਉਹ ਨਾਗਰਿਕ ਕਿਦਾਂ ਦੇਖਦੇ ਹੋ ਕਿ ਤੁਹਾਡੀ ਪਾਰਟੀ ਨੇ ਤਾਂ ਬੜੇ ਲੰਮੇ ਸਮੇਂ ਤੋਂ ਮੰਗ ਉਠਾਉਂਦੇ ਆ ਰਹੇ ਹੋ ਤੁਸੀਂ ਬੜੇ ਲੰਮੇ ਸਮੇਂ ਤੋਂ ਇਸ ਚੀਜ਼ ਨੂੰ ਲੈ ਕੇ ਜਦੋਂ ਭਾਵੇਂ ਕਿ ਆਮ ਆਦਮੀ ਪਾਰਟੀ ਸੀ ਤੁਸੀਂ ਉਦੋਂ ਵੀ ਇਸ ਚੀਜ਼ ਨੂੰ ਲੈ ਕੇ ਬੜੀ ਤੁਸੀਂ ਇਸ ਬਾਰੇ ਦੱਸੋ ਕਿ ਕਿਸ ਤਰ੍ਹਾਂ ਹੁਣ ਤੁਸੀਂ ਫੈਡਰਲ ਢਾਂਚੇ ਨੂੰ ਕਿਦਾਂ ਦੇਖਦੇ ਹੋ ਕਿਦਾਂ ਇੱਕਜੁੱਟ ਹੋ ਸਕਦਾ ਸਭ ਦੇਖੋ ਮੋਦੀ ਸਾਹਿਬ ਦੇ ਆਉਣ ਨਾਲ ਖਾਸ ਮੋਦੀ ਸਾਹਿਬ ਦੀ ਦੂਜੀ ਟਰਮ ਦੇ ਆਉਣ ਨਾਲ ਜਿਹੜਾ ਕੇਂਦਰੀਕਰਨ ਦਾ ਅਮਲ ਹੈ ਵਨ ਨੇਸ਼ਨ ਵਨ ਟੈਕਸ ਵਨ ਮਾਰਕੀਟ ਵਨ ਨੇਸ਼ਨ ਵਨ ਐਗਰੀਕਲਚਰ ਪ੍ਰੋਡਕਟ ਐਂਡ ਵਨ ਮਾਰਕੀਟ ਵਨ ਨੇਸ਼ਨ ਵਨ ਲੈਂਗੁਏਜ ਵਨ ਨੇਸ਼ਨ ਵਨ 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 ਰਾਸ਼ਨ ਕਾਰਡ ਜਿਹੜੀ ਸਾਰੇ ਭਾਰਤ ਨੂੰ ਇੱਕ ਇੱਕ ਰਸੇ ਜ ਨਰਨ ਦੀ ਨੂੜਨ ਦੀ ਜੋ 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 ਇੱਕ ਅਮਲ ਹੈਗਾ ਹੈ ਜਾਂ ਕੋਸ਼ਾ ਹੈਗੀਆਂ ਉਹਨੇ ਜੋ ਭਾਰਤ ਵਿੱਚ ਫੈਡਰਲਵਾਦ ਦਾ ਜੋ ਸੰਗੀ ਢਾਂਚੇ ਦੇ ਸੂਲਾਂ ਦੀ ਲੋੜ ਉਹਨੋ ਛੇਈ ਭਾਵਨਾ ਜ ਲਾਗੂ ਕਰਨ ਦੀ ਲੋੜ ਨੂੰ ਹੋਰ ਵੱਧ ਜਾਗਰ ਕੀਤਾ ਹੈਗਾ ਔਰ ਜਿਸ ਤਰ੍ਹਾਂ ਜਿਹੜੀਆਂ ਰਾਜਾਂ ਦੇ ਅਧਿਕਾਰਾਂ ਦੇ ਲਗਾਤਾਰ ਛਾਪਾ ਪਿਆ ਹੈਗਾ ਚਾਹੇ ਜੀਐਸਟੀ ਦਾ ਹੀ ਹੋਵੇ ਚਾਹੇ ਪੰਜਾਬ ਚੋਂ ਮੰਡੀਕਰਨ ਬੋਰਡ ਪੰਜਾਬ ਕੋਲ ਖੋਇਆ ਗਿਆ ਜਾਂ ਹੋਰ ਰਾਜਾਂ ਦੇ ਜਿਸ ਤਰ੍ਹਾਂ ਕਸ਼ਮੀਰ ਨੂੰ ਤੋੜ-ਤੋੜ ਦਿੱਤਾ ਗਿਆ ਬਿਨਾਂ ਉਹਨਾਂ ਦੇ ਵਿਧਾਨਕਾਰਾਂ ਦੀ ਸਲਾਹ ਕੀਤੇਆਂ ਬਿਨਾਂ ਕਸ਼ਮੀਰ ਦੀ ਅਸੈਂਬਲੀ ਨੂੰ ਪੁੱਛਿਆ ਜਾਂ ਪੰਜਾਬ ਵਿੱਚ ਬਿਨਾਂ ਪੰਜਾਬੀ ਜਿਹੜੇ ਜਿਹੜੇ ਸਟੇਕ ਹোলਡਰ ਸਗੇ ਕਿਸਾਨ ਹੋਏ ਪੰਜਾਬ ਸਰਕਾਰ ਹੋਈ ਹਰਿਆਣਾ ਸਰਕਾਰ ਹੋਈ ਇਹਨਾਂ ਨੂੰ ਪੁੱਛੇ ਬਿਨਾਂ ਜਿਵੇਂ ਇੱਕ ਕਾਨੂੰਨ ਥੂਪੇ ਗਏ ਹੈਗੇ ਸੋ ਇਸ ਸਮੇਂ ਵਿੱਚ ਅਸੀਂ ਤਾਂ 2018 ਵਿੱਚ 1 ਨਵੰਬਰ ਪੰਜਾਬ ਡੇ ਨੂੰ ਹਿੰਦੁਸਤਾਨ ਦੇ 7 ਸੂਬਿਆਂ ਨੇ ਫੈਡਰਲ ਖੁਦਮਖਤਿਆਰੀ ਤੇ ਫੈਡਰਲਵਾਦੀ ਕਨਵੈਨਸ਼ਨ ਕੀਤੀ ਚੰਡੀਗੜ੍ਹ ਬਾਬਾ ਸੋਨ ਬਾਬਾ ਸੋਨ ਸਿੰਘ ਪਕਣਾ ਹਾਲ ਵਿੱਚ ਚੰਡੀਗੜ੍ਹ ਚ ਤੇ ਉਹਦੇ ਚ ਤਾਮਿਲਨਾਡੂ ਬੰਗਾਲ ਮਹਾਰਾਸ਼ਟਰਾ ਦਿੱਲੀ ਪੰਜਾਬ ਇਹ ਪੰਜ ਤਾਂ ਰਾਜ ਆਏ ਸੀਗੇ ਤੇ ਇਸ ਤੋਂ ਇਲਾਵਾ ਸਾਨੂੰ ਕਰਨਾਟਕਾ ਤੇ ਕਸ਼ਮੀਰ ਤੋਂ ਸਾਨੂੰ ਆਪਣੀ ਕਾਮਯਾਬੀ ਦੇ ਸਿਰੇ ਹੀ ਆਏ ਸਕੇ ਸਾਨੂੰ ਇਸ ਸਹਿਮਤੀ ਪ੍ਰਗਟਾਈ ਸੀ ਕਿ ਭਾਰਤ ਨੂੰ ਸਹੀ ਮਾਨਿਆਜ ਭਾਰਤੀ ਸੰਘ ਦੇ ਅੰਦਰ ਕੌਮਾਂ ਨੂੰ ਖੁਦਮੁਖਤਿਆਰੀ ਦੀ ਲੋੜ ਹੈ ਔਰ ਦੇਸ਼ ਨੂੰ ਫੈਡਰਲ ਢਾਂਚੇ ਅੰਦਰ ਸਹੀ ਫੈਡਰਲਵਾਦ ਦੀ ਲੋੜ ਹੈ ਤਾਂ ਕਿ ਰਾਜਾਂ ਦੀ ਜਿਹੜੀ ਅਧਿਕਾਰਾਂ ਦੀ ਸੂਚੀ ਹੈ ਉਹ ਤੇ ਕੇਂਦਰ ਛੱਪਾ ਨਾ ਮਾਰੇ ਔਰ ਰਾਜਾਂ ਨੂੰ ਹੋਰ ਵਾਧ ਅਧਿਕਾਰ ਦੇ ਕੇ ਇਸ ਮੁਲਕ ਨੂੰ ਸਹੀ ਫੈਡਰਲ ਲੀਹਾਂ ਤੇ ਚਲਾ ਚਲਾਇਆ ਜਾਵੇ ਨਾ ਕਿ ਕੇਂਦਰੀਵਾਦੀ ਸਿਆਸਤ ਨਾ ਕਿ ਜਿਹੜੇ ਕਿ ਭਾਜਪਾ ਦੀ ਹੈ ਜੇ ਲਿਕ ਪਹਿਲਾਂ ਸ਼ੁਰੂ ਸ਼ੁਰੂ ਚ ਕਾਂਗਰਸ ਦੀ ਵੀ ਰਹੀ ਹੈ ਔਰ ਕਾਫੀ ਹੱਦ ਤੱਕ ਕੌਮੀ ਏਕਤਾ ਦੇ ਨਾਂ ਤੇ ਕਾਂਗਰਸ ਨੇ ਵੀ ਕੇਂਦਰੀਵਾਦੀ ਸਿਆਸਤ ਹੀ ਕੀਤੀ ਹੈ ਜੀ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਨੇ ਬੇਲੇ ਲਿਆਂਦਾ ਉਹਨੂੰ ਲੈ ਕੇ ਕਾਨੂੰਨ ਪਾਸ ਜਿਹੜਾ ਕੀਤਾ ਗਿਆ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਰਾਜਪਾਲ ਤੱਕ ਪਹੁੰਚਾਇਆ ਗਿਆ ਉਸ ਦੇ ਵਿੱਚ ਸਰਕਾਰ ਦੀ ਇੱਕ ਵੱਡੀ ਜਿੱਤ ਦੱਸ ਰਹੇ ਨੇ ਪਰ ਵੱਡੀ ਜਿੱਤ ਉਦੋਂ ਹੋएगी ਜਦੋਂ ਖੇਤੀ ਕਾਨੂੰਨ ਰੱਦ ਹੋਣਗੇ ਇਹ ਰੱਦ ਹੋਣ ਵੱਲ ਸਾਰੇ ਕਿਸਾਨਾਂ ਦੀ ਨਜ਼ਰ ਹੈ ਪੂਰੇ ਪੰਜਾਬ ਦੀ ਨਜ਼ਰ ਹੈ ਸਾਰੇ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਨੇ ਇੱਕ ਵੱਡੀ ਮੱਲ ਮਾਰੀ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਨੂੰ ਸਿੱਧਾ ਚੈਲੰਜ ਕੀਤਾ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ ਅਗਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅਸੀਂ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਲੋਕਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਆਪਣੇ ਵਿਚਾਰ ਕਮੈਂਟ ਸ਼ੁਰੂ ਕਰੋ ਧੰਨਵਾਦ